किसानी नू लैके किसानी संघर्ष नू लैके उन्हों एक पर्दे ते लैके आना ते बड़े वधिया तरीके नाल लैके आना। जिन्ना चिर जमीन लई इकट्ठे हो गए लड़िए सिर ते मेहर भरिया हाथ रखी। अपना मेरा एक गीत भी है फिल्म च ते देखो हुंदा कि नहीं हुंदा मैनूं भी नहीं पता। पंजाब जिन्नी वारी भी हारिया है एक्टिंग करके उत्थे करनी ओ इन्ना मैनूं लगदा कोई एडा सौखा नहीं सी ओह चीज़ आराम नाल निकल सकी। नहीं मैनूं विश्वास जिहा नहीं हैगा क्योंकि पहली बार मेरे नाल मैं पर्दे ते देखूंगा मेरा गाया होया गीत। ਮਿਹਰਬਾਨੀ ਜੀ ਜਿਹਨੇ ਵੀ ਅੱਖਾਂ ਦੇਖ ਰਹੀਆਂ ਨੇ ਕੰਨ ਸੁਣ ਰਹੇ ਨੇ ਮੇਰੇ ਵੱਲੋਂ ਨਿੱਘੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅਮਰ ਜੀ ਗੱਲ ਕਰੀਏ ਤਾਂ ਹਰ ਹਫ਼ਤੇ ਕੋਈ ਨਾ ਕੋਈ ਨਵੀਂ ਫਿਲਮ ਰਿਲੀਜ਼ ਹੁੰਦੀ ਹੈ ਬਟ ਇਸ ਹਫ਼ਤੇ ਫਿਲਮ ਰਿਲੀਜ਼ ਹੋਣ ਜਾ ਰਹੀ ਤੇਜਾ ਪੰਜਾਬ ਬਹੁਤ ਅਲੱਗ ਕਨਸੈਪਟ ਆ ਕੀ ਸੋਚ ਕੇ ਅੱਜ ਫਿਲਮ ਨੂੰ ਦੇਖਣ ਆਏ ਹੋ? ਪਹਿਲਾਂ ਤਾਂ ਜੀ ਬਹੁਤ ਵਧੀਆ ਫਿਲਮ ਹੈ ਸਾਡੇ ਵੱਡੇ ਭਾਅ ਜੀ ਅਮਰਦੀਪ ਭਾਈ ਦੀ ਉਹਨਾਂ ਨੇ ਡਾਇਰੈਕਟ ਕੀਤੀ ਆ ਬੜਾ ਸੋਹਣਾ ਇੱਕ ਇੱਕ ਸੀਨ ਫਿਲਮ ਆਇਆ ਜਿੰਨਾ ਕੁ ਟ੍ਰੇਲਰ ਦੇਖਿਆ ਹੈ ਨਾ ਅਤੇ ਹਰੇਕ ਦਾ ਟ੍ਰੇਲਰ ਦੇਖ ਕੇ ਹੁੰਦਾ ਵਾ ਵੀ ਫਿਲਮ ਦੇ ਵਿੱਚ ਹੋਊਗਾ ਕੀ ਵੀ ਇੱਕ ਮੇਨ ਗੱਲ ਕਿਸਾਨੀ ਨੂੰ ਲੈ ਕੇ ਕਿਸਾਨੀ ਸੰਘਰਸ਼ ਨੂੰ ਲੈ ਕੇ ਉਹਨੂੰ ਇੱਕ ਪਰਦੇ 'ਤੇ ਲੈ ਕੇ ਆਉਣਾ ਅਤੇ ਬੜੇ ਵਧੀਆ ਤਰੀਕੇ ਨਾਲ ਲੈ ਕੇ ਆਉਣਾ ਅਤੇ ਹਰੇਕ ਦੇ ਦਿਲ ਵਿੱਚ ਹੈ ਵੀ ਫਿਲਮ 'ਚ ਕੀ ਹੋਊਗਾ ਅਤੇ ਮੈਨੂੰ ਵੀ ਐਕਸਾਈਟਮੈਂਟ ਹੈ ਅਤੇ ਆਪਣਾ ਮੇਰਾ ਇੱਕ ਗੀਤ ਵੀ ਹੈ ਫਿਲਮ 'ਚ ਅਤੇ ਦੇਖੋ ਹੁੰਦਾ ਕਿ ਨਹੀਂ ਹੁੰਦਾ ਮੈਨੂੰ ਇਹ ਵੀ ਨਹੀਂ ਪਤਾ ਹਲੇ। ਉਹ ਚੀਜ਼ ਕਿਉਂ ਮੈਨੂੰ ਪਤਾ ਨਹੀਂ ਮੈਨੂੰ ਵਿਸ਼ਵਾਸ ਜਿਹਾ ਨਹੀਂ ਹੈਗਾ ਕਿਉਂਕਿ ਪਹਿਲੀ ਵਾਰ ਮੇਰੇ ਨਾਲ ਮੈਂ ਪਰਦੇ 'ਤੇ ਦੇਖੂੰਗਾ ਮੇਰਾ ਗਾਇਆ ਹੋਇਆ ਗੀਤ ਫਿਲਮ ਦੇ ਵਿੱਚ। ਚੀਜ਼ਾਂ ਬੜੀਆਂ ਹੁੰਦੀਆਂ ਨੇ ਕਹਿੰਦੇ ਕਦੋਂ ਕਿਹਨੂੰ ਕਿੱਥੋਂ ਕੱਢ ਦਿੱਤਾ ਜਾਵੇ ਕਿਹੜੀ ਚੀਜ਼ ਕਦੋਂ ਕੈਂਸਲ ਕਰ ਦਿੱਤੀ ਜਾਵੇ ਇਹ ਚੀਜ਼ ਪਤਾ ਨਹੀਂ ਲੱਗਦੀ ਸੀ ਇੰਡਸਟਰੀ ਦੇ ਵਿੱਚ। ਫਿਲਮ ਦੇ ਵਿੱਚ ਤਾਂ ਸੱਚੀ ਨਹੀਂ ਪਤਾ ਬਾਕੀ ਹੁਣ ਦੇਖੋ ਰੱਬ ਦੇ ਰੰਗ ਨੇ ਬਾਕੀ ਮੇਨ ਗੱਲ ਫਿਲਮ ਬਹੁਤ ਸੋਹਣੀ ਆ ਕਿਸਾਨੀ ਨਾਲ ਜੁੜੀ ਹੋਈ ਆ ਅਤੇ ਕੁਝ ਕੁਝ ਐਵੇਂ ਦੇ ਸੀਨ ਹੈਗੇ ਨੇ ਜਿਹੜੇ ਟ੍ਰੇਲਰ ਦੇ ਵਿੱਚ ਜਦੋਂ ਉਹ ਕੁੜੀ ਜਾਂਦੀ ਹੈ ਹੈ ਨਾ ਡੋਲੀ ਨਿਕਲਦੀ ਹੈ ਉਹਦੀ ਅਤੇ ਦਾਤੀ ਲੈ ਕੇ ਜਾਂਦੀ ਹੈ ਅਤੇ ਫਾਦਰ ਸਾਹਿਬ ਉੱਥੇ ਧਰਨੇ 'ਤੇ ਹੁੰਦੇ ਨੇ ਅਤੇ ਉਹ ਬੜੀ ਇਮੋਸ਼ਨ ਜਿਹੀ ਚੀਜ਼ ਆ ਅਤੇ ਹੁਣ ਦੇਖਦੇ ਹਾਂ ਐਕਸਾਈਟਮੈਂਟ ਆ ਵੀ ਕੀ ਹੋਊਗਾ ਕਿ ਮੂਵੀ 'ਚ। ਜਦੋਂ ਆਪਾਂ ਸਟਾਰਕਾਸ ਨਾਲ ਗੱਲ ਕੀਤੀ ਤਾਂ ਇੱਕ ਚੀਜ਼ ਸਾਫ਼ ਹੈ ਕਿ ਉਹ ਕਹਿੰਦੇ ਕਿ ਅਸੀਂ ਸਿਰਫ ਸ਼ੂਟ ਨਹੀਂ ਕੀਤਾ, ਅਸੀਂ ਉਹਨਾਂ ਕਰੈਕਟਰ ਨੂੰ ਜੀਆ ਉਸ ਟਾਈਮ 'ਤੇ ਉੱਥੇ, ਅਸੀਂ ਉਹ ਰੀਅਲ ਚੀਜ਼ਾਂ ਨੂੰ ਕੀਤੀਆਂ ਜੋ ਸਾਡੇ ਵਿੱਚ ਉਹ ਚੀਜ਼ ਆਈ ਕਿਉਂਕਿ ਸਭ ਕੁਝ ਉਹਨਾਂ ਨੇ ਦੇਖਿਆ ਸੀ ਅੱਖੇ, ਸਾਰਾ ਕੁਝ ਹੋ ਰਿਹਾ ਸੀ, ਕਹਿੰਦੇ ਸਭ ਕੁਝ ਰੀਅਲ ਨਿਕਲ ਰਿਹਾ ਸੀ ਜੋ ਵੀ ਅਸੀਂ ਪਰਫੋਰਮ ਕਰ ਰਹੇ ਸੀ। ਹਾਂ ਕਿਉਂਕਿ ਉਸ ਟਾਈਮ 'ਤੇ ਉਹ ਚੱਲ ਰਿਹਾ ਸੀ ਨਾ ਸੰਘਰਸ਼ ਅਤੇ ਬਹੁਤ ਕਹਿੰਦੇ ਵੀ ਸਾਡੇ ਹਰਿਆਣੇ ਵਾਲੇ, ਯੂਪੀ ਵਾਲੇ, ਸਾਡੇ ਪੰਜਾਬ ਦੇ ਕਈ ਕਿਸਾਨ ਜਿਨ੍ਹਾਂ ਨੇ ਸ਼ਹੀਦੀਆਂ ਪਾਈਆਂ ਹੈ ਨਾ ਅਤੇ ਉਹ ਜਿਹੜੇ ਚੀਜ਼ 'ਚੋਂ ਉਹ ਹਾਲ 'ਚੋਂ ਗੁਜ਼ਰ ਰਹੇ ਨੇ ਅਤੇ ਉਹ ਚੀਜ਼ ਐਕਟਿੰਗ ਕਰਕੇ ਉੱਥੇ ਕਰਨੀ ਉਹ ਇੰਨਾ ਮੈਨੂੰ ਲੱਗਦਾ ਕੋਈ ਏਡਾ ਸੌਖਾ ਨਹੀਂ ਸੀ, ਉਹ ਚੀਜ਼ ਆਰਾਮ ਨਾਲ ਨਿਕਲ ਸਕਦੀ ਸੀ ਉਹਨਾਂ 'ਚੋਂ ਕਿਉਂਕਿ ਸਾਡੇ ਖੂਨ ਵਿੱਚ ਇਹ ਚੀਜ਼ ਹੈਗੀ। ਜਿੱਥੇ ਕਿਤੇ ਨਾ ਕਿਤੇ ਇਸ ਅੰਦੋਲਨ ਨੇ ਇੱਕ ਹਿਸਟਰੀ ਕ੍ਰੀਏਟ ਕਰ ਦਿੱਤੀ, ਇਸ ਅੰਦੋਲਨ ਨੂੰ ਕਦੇ ਵੀ ਭੁਲਾਇਆ ਨਹੀਂ ਜਾਏਗਾ, ਚਾਹੇ ਆਪਣੇ ਦੇਸ਼ ਦੀ ਗੱਲ ਕਰੀਏ ਚਾਹੇ ਬਾਕੀ ਕੰਟਰੀਜ਼ ਦੀ ਗੱਲ ਕਰੀਏ ਤਾਂ ਹਰ ਇੱਕ ਦੇ ਉੱਪਰ ਜਿਹੜਾ ਸੀ ਇਸ ਅੰਦੋਲਨ ਦਾ ਪਤਾ ਹੈ ਸਭ ਨੂੰ। ਇਸ ਅੰਦੋਲਨ ਨੂੰ ਲੈ ਕੇ ਫਿਲਮ ਬਣੀ, ਉਹਦੇ 'ਚ ਤੁਹਾਨੂੰ ਆਪਣਾ ਗੀਤ ਜਿਹੜਾ ਆ ਉਹ ਦੇਣ ਦਾ ਮੌਕਾ ਮਿਲਿਆ, ਗੀਤ ਗਾਉਣ ਦਾ ਮੌਕਾ ਮਿਲਿਆ, ਉਹ ਕਿਵੇਂ ਸੀ ਜਦੋਂ ਤੁਹਾਡੇ ਕੋਲ ਚੀਜ਼ ਆਈ ਕਿ ਹਾਂ ਤੁਸੀਂ ਇਸ ਫਿਲਮ ਦੇ ਲਈ ਗੀਤ ਗਾਉਣਾ, ਤੁਹਾਡਾ ਗੀਤ ਇਸ ਫਿਲਮ ਦੇ ਵਿੱਚ ਆਏਗਾ? ਮੇਰੇ ਮਿੱਤਰ ਨੇ ਬਲੈਕ ਵਾਇਰਸ ਵਾਲੇ ਹਰਜਮਾਨ ਰਵਿੰਦਰ ਢਿੱਲੋਂ, ਉਹਨਾਂ ਨੇ ਮਿਊਜ਼ਿਕ ਕੀਤਾ ਅਤੇ ਉਹ ਸਪੈਸ਼ਲ ਤੁਸੀਂ ਟ੍ਰੇਲਰ ਵਿੱਚ ਇੱਕ ਚੀਜ਼ ਦੇਖੀ ਹੋਣੀ ਆ, ਨੀਚੇ ਇੱਕ ਸੌਂਗ ਲਿਖਿਆ ਚੰਦਨ ਡਾਇਰੈਕਟ, ਮਿਊਜ਼ਿਕ ਡਾਇਰੈਕਟ ਬਾਏ ਬਲੈਕ ਵਾਇਰਸ, ਅਤੇ ਉਹ ਗੀਤ ਮੈਨੂੰ ਮੇਰੇ ਫਰੈਂਡ ਨੇ ਕਿਹਾ ਸੀ ਹਰਜ ਨੇ ਵੀ ਮੇਰਾ ਦਿਲ ਆ ਵੀ ਇਹ ਤੇਰੀ ਵੋਕਲ 'ਚ ਹੋਵੇ ਵੀ ਮੈਂ ਆਪਾਂ ਅੰਬਰ ਭਾਈ ਨੂੰ ਭੇਜਦੇ ਹਾਂ, ਅਤੇ ਉਹ ਭੇਜਿਆ ਅਤੇ ਬਾਈ ਨੂੰ ਵਧੀਆ ਲੱਗਿਆ ਅਤੇ ਬਾਈ ਕਹਿੰਦਾ ਮੈਂ ਜਾਣਦਾ ਬਾਈ ਨੂੰ, ਮੈਂ ਮਿਲਿਆ ਵੀ ਹੋਇਆ ਅੰਬਰ ਭਾਈ ਨੂੰ ਅਤੇ ਬਾਕੀ ਹਲੇ ਦੇਖਦੇ ਹਾਂ ਵੀ ਅੰਦਰ ਜਾ ਕੇ ਹੈਗਾ ਕਿ ਨਹੀਂ ਹੈਗਾ। ਅੱਛਾ ਉਹ ਚੀਜ਼ ਅਜੇ ਇੱਦਾਂ ਇੱਦਾਂ ਚੱਲ ਰਹੀ ਕਿ ਪਤਾ ਨਹੀਂ ਗੀਤ ਹੈ ਵੀ ਵਿੱਚ ਕਿ ਨਹੀਂ ਹੈ। ਅੱਛਾ ਚਲੋ ਠੀਕ ਹੈ, ਜੇ ਬਾਈ ਚਾਂਸ ਨਾ ਵੈਸੇ ਇੱਦਾਂ ਹੋਏਗਾ ਤਾਂ ਨਹੀਂ ਫਿਰ ਕੰਪਲੇਨ ਕਰੋਗੇ ਅੰਬਰ ਸਰ ਨੂੰ? ਨਹੀਂ ਨਹੀਂ ਕੋਈ ਕੰਪਲੇਨ ਨਹੀਂ, ਅਗਲੀ 'ਚ ਆ ਜਾਵਾਂਗੇ, ਕੋਈ ਕੰਪਲੇਨ। ਚਲੋ ਠੀਕ ਹੈ, ਕੀ ਮੈਸੇਜ ਕਿ ਦੇਣਾ ਚਾਹੋਗੇ? ਬਸ ਇਹ ਆ ਵੀ ਪੰਜਾਬੀ ਅਤੇ ਪੰਜਾਬੀ ਅਤੇ ਮਾਂ ਬੋਲੀ ਨੂੰ ਹਮੇਸ਼ਾ ਯਾਦ ਰੱਖੋ, ਹਰੇਕ ਮਾਂ ਪਿਓ ਨੂੰ ਅਤੇ ਉਹਦੇ ਵੱਡੇ ਭੈਣ ਭਰਾ ਨੂੰ ਇਹ ਬੇਨਤੀ ਆ ਵੀ ਆਪਣੇ ਬੱਚੇ ਨੂੰ ਉੜਾ ਉੜਾ ਜ਼ਰੂਰ ਸਿਖਾਓ, ਹੋਰ ਕੁਛ ਨਹੀਂ। ਮਿਹਰਬਾਨੀ, ਥੈਂਕ ਯੂ ਸੋ ਮਚ। ਮਿਹਰਬਾਨੀ ਜੀ।